ਦਾ ਹਰਪ੍ਰੀਤ ਸਿੰਘ ਸ਼ੋਅ ਦੇ ਅੱਜ ਦੇ ਇਸ ਐਪੀਸੋਡ ਵਿੱਚ ਆਪ ਸਭ ਦਾ ਕਰਦਾ ਹਾਂ ਹਾਰਦਿਕ ਸਵਾਗਤ। ਅੱਜ ਦੇ ਸੈਗਮੈਂਟ ਵਿੱਚ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਇੱਕ ਮੋਟੀਵੇਸ਼ਨਲ ਸਪੀਕਰ ਨਾਲ, ਜਿਹੜੇ ਕਿ ਦੁਨੀਆ ਭਰ ਦੇ ਜਾ ਕੇ ਇਹ ਮੈਸੇਜ ਦੇ ਰਹੇ ਨੇ ਕਿ ਦੇਰ ਇਜ਼ ਆਲਵੇਜ਼ ਹੋਪ। ਹਮੇਸ਼ਾ ਹੀ ਇਨਸਾਨ ਵਿੱਚ ਜੇਕਰ ਹਿੰਮਤ ਹੋਵੇ ਤਾਂ ਕਿਸੇ ਵੀ ਮੁਕਾਮ ਤੱਕ ਉਹ ਪਹੁੰਚ ਸਕਦਾ ਹੈ। ਅਤੇ ਆਪ ਵੀ ਇੱਕ ਮਿਸਾਲ ਨੇ ਕਿ ਬਹੁਤ ਸਾਰੇ ਟ੍ਰਬਲਸ ਦੇ ਬਾਵਜੂਦ ਇਹਨਾਂ ਨੇ ਆਪਣੀ ਜ਼ਿੰਦਗੀ ਨੂੰ ਕਿਵੇਂ ਸੰਭਾਲਿਆ ਅਤੇ ਉਸ ਤੋਂ ਬਾਅਦ ਕਿਵੇਂ ਇਹ ਦੁਬਾਰਾ ਤੋਂ ਦੂਸਰਿਆਂ ਨੂੰ ਇੰਸਪਾਇਰ ਕਰ ਰਹੇ ਨੇ। ਮੇਰੀ ਮੁਰਾਦ ਹੈ ਮੋਨਾ ਅਰੋੜਾ ਤੋਂ। ਅੱਜ ਦੇ ਇਸ ਸੈਗਮੈਂਟ ਵਿੱਚ ਅਸੀਂ ਗੱਲਬਾਤ ਕਰਾਂਗੇ ਕਿ ਜੇਕਰ ਵਿਅਕਤੀ ਜੋ ਹੈ ਆਪਣੇ ਇਨਰ ਪੋਟੈਂਸ਼ੀਅਲਸ ਨੂੰ ਪੂਰਾ ਰੀਚ ਕਰਨਾ ਚਾਹੁੰਦਾ ਹੈ ਤਾਂ ਉਸ ਵਾਸਤੇ ਕੀ ਕੁਛ ਉਸਨੂੰ ਕਰਨ ਦੀ ਲੋੜ ਹੈ, ਅਤੇ ਕਿਵੇਂ ਚੈਲੇਂਜਸ ਜਿਹੜੇ ਨੇ ਉਹ ਆਬਸਟਕਲਸ ਨਾ ਬਣਨ ਬਲਕਿ ਉਹ ਚੈਲੇਂਜ ਤੋਂ ਇੰਸਪਾਇਰ ਹੋ ਕੇ ਅਗਲੇ ਮੁਕਾਮ ਤੱਕ ਪਹੁੰਚਿਆ ਜਾਏ। ਸਵਾਗਤ ਕਰਦੇ ਹਾਂ ਮੋਨਾ ਅਰੋੜਾ ਦਾ। ਮੋਨਾ ਜੀ, ਆਇਆਂ ਨੂੰ ਵੈਲਕਮ। ਥੈਂਕ ਯੂ ਸੋ ਮਚ ਫਾਰ ਹੈਵਿੰਗ ਮੀ ਸਰ। ਵੈਲਕਮ। ਸੋ ਗੱਲਬਾਤ ਕਰੀਏ ਜੀ ਕਿ ਪਰਸਨਲ ਜਰਨੀ, ਅਸੀਂ ਤਾਂ ਜਾਣਦੇ ਹਾਂ ਕਿ ਤੁਸੀਂ ਬਹੁਤ ਸਾਰੇ ਆਬਸਟਕਲ ਸਟਰਗਲਸ ਚੋਂ ਲੰਘੇ, ਪਰ ਉਹ ਸਟਰਗਲਸ ਇੱਕ ਡਿਟਰੈਂਟ ਨਹੀਂ ਬਣੇ ਤੁਹਾਡੇ ਵਾਸਤੇ, ਬਲਕਿ ਤੁਸੀਂ ਉਹਨਾਂ ਨੂੰ ਸਟੈਪਿੰਗ ਸਟੋਨਸ ਲੈ ਕੇ ਅੱਗੇ ਉਹਨੂੰ ਤੁਰਦੇ ਰਹੇ। ਇਸੇ ਤਰੀਕੇ ਨਾਲ ਹਰ ਇੱਕ ਇਨਸਾਨ ਜਿਹੜਾ ਹੈਗਾ ਕੋਈ ਨਾ ਕੋਈ ਜ਼ਿੰਦਗੀ ਦੇ ਵਿੱਚ ਉਸਨੂੰ ਪ੍ਰੋਬਲਮ ਆਉਂਦੀ ਆਉਂਦੀ ਹੈ, ਚੈਲੰਜ ਆਉਂਦਾ ਹੀ ਆਉਂਦਾ ਹੈਗਾ। ਹੁਣ ਉਸ ਸਮੇਂ ਤੁਹਾਡਾ ਕੀ ਸਟੇਟ ਆਫ ਮਾਈਂਡ ਜਿਹੜਾ ਹੋਣਾ ਚਾਹੀਦਾ ਜਿਹੜਾ ਕਿ ਤੁਹਾਨੂੰ ਜਾਂ ਤਾਂ ਖਤਮ ਕਰੇ ਅਤੇ ਜਾਂ ਤੁਹਾਨੂੰ ਚੁੱਕ ਲਏ? ਆਮ ਤੌਰ 'ਤੇ ਹੁੰਦਾ ਕਿ ਅਸੀਂ ਦਿਲ ਛੱਡ ਦਿੰਦੇ ਹਾਂ, ਅਸੀਂ ਕਹਿੰਦੇ ਕਿ ਨਹੀਂ ਹੁਣ ਤਾਂ ਅੰਤ ਹੋ ਗਿਆ, ਹੁਣ ਤਾਂ ਸਮਾਪਤ ਹੋ ਗਿਆ ਕੰਮ। ਅਤੇ ਬਹੁਤ ਵਾਰੀ ਅਸੀਂ ਦੇਖ ਰਹੇ ਹਾਂ ਕਿ ਖਾਸ ਤੌਰ ਉੱਤੇ ਨੌਜਵਾਨਾਂ ਦੇ ਵਿੱਚ ਇਹ ਟੈਂਡੈਂਸੀਜ਼ ਜਿਹੜੀਆਂ ਆ ਰਹੀਆਂ ਨੇ, ਸਟ੍ਰੈਸ, ਡਿਪਰੈਸ਼ਨ ਐਂਡ ਈਵਨ ਸੁਸਾਈਡਲ ਟੈਂਡੈਂਸੀਜ਼ ਜਿਹੜੀਆਂ ਨੇ ਉਹ ਵੀ ਵੱਧ ਰਹੀਆਂ ਹੈਗੀਆਂ ਨੇ। ਸੋ ਲੈਟਸ ਗੋ ਔਨ ਦਿਸ ਜਰਨੀ ਐਂਡ ਟੈਲ ਅਸ ਕਿ ਇਹ ਸਟੇਟ ਆਫ ਮਾਈਂਡ ਤੁਸੀਂ ਕਿਵੇਂ ਆਪਣਾ ਸਟਰੋਂਗ ਕਰਨਾ ਹੈਗਾ, ਤੁਹਾਡੇ ਅੰਦਰ ਜਿਹੜੇ ਉਹ ਛੁਪੇ ਹੋਏ ਗੁਣ ਨੇ ਕਿਵੇਂ ਤੁਸੀਂ ਉਹਨਾਂ ਨੂੰ ਉਭਾਰਨਾ ਹੈ, ਅਤੇ ਕਿਵੇਂ ਉਹਨਾਂ ਦਾ ਸਹਾਰਾ ਲੈ ਕੇ ਤੁਸੀਂ ਅਗਲੇ ਪਾਸੇ ਨੂੰ ਜਾਣਾ, ਆਪਣੀ ਮੰਜ਼ਿਲ ਵੱਲ ਜੋ ਵੀ ਤੁਹਾਡਾ ਟਾਰਗੇਟ ਹੈ ਉੱਥੋਂ ਤੱਕ ਪਹੁੰਚਣਾ, ਨਾ ਕਿ ਉੱਥੇ ਹੀ ਰੁਕ ਕੇ ਪਿੱਛੇ ਨੂੰ ਆਉਣਾ ਹੈ। ਮੇਰਾ ਸਭ ਤੋਂ ਵੱਡਾ, ਮੇਰੀ ਅਪਰੋਚ ਥੋੜ੍ਹੀ ਡਿਫਰੈਂਟ ਹੈ। ਮੇਰੀ ਅਪਰੋਚ ਇਹ ਹੁੰਦੀ ਹੈ ਹਰਪ੍ਰੀਤ ਜੀ ਕਿ ਜਦੋਂ ਕੋਈ ਸਟਰਗਲ ਆਉਂਦੀ ਨਾ ਮੇਰੀ ਲਾਈਫ ਦੇ ਵਿੱਚ, ਹੁਣ ਲਾਈਕ ਪਹਿਲਾਂ ਸ਼ੁਰੂ ਸ਼ੁਰੂ ਤਾਂ ਲਾਈਕ ਸਟਰਗਲ ਉਹ ਸਟਰਗਲ ਸਟਰਗਲ ਕਿ ਹਾਏ ਰੱਬਾ ਮੈਂ ਤੋਂ ਨਿਕਲਣਾ ਕਿਤਾ ਹੈ, ਪਰ ਧੀਰੇ ਧੀਰੇ ਲਰਨ ਮਾਈ ਲੈਸਨ। ਹੁਣ ਜਦੋਂ ਮੇਰੀ ਲਾਈਫ 'ਚ ਕੋਈ ਸਟਰਗਲ ਆਉਂਦੀ ਹੈ, ਕਿਉਂਕਿ ਲਾਈਫ ਇਜ਼ ਨੈਵਰ ਪਰਫੈਕਟ ਐਂਡ ਇਟਸ ਨੈਵਰ ਕਿ ਵੀ ਜਰਨੀ ਐਂਡ ਹੋ ਗਈ ਹੈ, ਰਾਈਟ? ਇਟਸ ਅ ਕੰਟੀਨਿਊਸ ਲਰਨਿੰਗ। ਤਾਂ ਹੁਣ ਵੀ ਕੋਈ ਮੇਰੀ ਕੋਈ ਸਿਚੁਏਸ਼ਨ ਇਹੋ ਜਿਹੀ ਆਉਂਦੀ ਕਿ ਲਾਈਕ ਓ ਮਾਈ ਗੋਡ ਮੈਨੂੰ ਕਿੱਦਾਂ ਕਰਨਾ, ਮੈਂ ਸੈਲੀਬ੍ਰੇਟ ਕਰਦੀ ਹਾਂ ਮੂਮੈਂਟ, ਬਿਕੋਜ਼ ਆਈ ਆਲਵੇਸ ਫੀਲ ਕਿ ਵੀ ਇਹ ਕੋਈ ਚੀਜ਼ ਮੇਰੀ ਵੱਡੀ ਲਾਈਫ 'ਚ ਲੈ ਕੇ ਆ ਰਿਹਾ ਜੀ। ਸੋ ਗੋਇੰਗ ਬੈਕ ਟੂ ਮਾਈ ਜਰਨੀ, ਮੈਂ ਨੋਟ ਮੈਨੀ ਟਾਈਮਸ ਆਈ ਹੈਵ ਨੋਟ ਸ਼ੇਅਰਡ ਕਵੀਆਂ ਨਾਲ, ਬਟ ਯੈਸ ਮੈਂ ਆਪਣੀ ਕਿਤਾਬ ਸ਼ੇਅਰ ਕੀਤਾ ਕਿ ਆਈ ਵਾਜ਼ ਦਿਸ ਕਲੋਜ਼ ਟੂ ਗੋਇੰਗ ਟੂ ਟ੍ਰਾਂਜ਼ੀਸ਼ਨ ਹੋਮ, ਬਿਕੋਜ਼ ਮੈਨੂੰ ਨਹੀਂ ਪਤਾ ਸੀਗਾ ਕਿ ਵੇਅਰ ਆਈ ਐਮ ਗੋਇੰਗ ਟੂ ਗੈਟ ਮਾਈ ਐਕਸਪੈਂਸਿਸ ਪੇਡ ਫਰੋਮ, ਆਪਣੀ ਬੇਟੀ ਦੀ ਟੇਕ ਕਿੱਦਾਂ ਕਰਨੀ ਹੈ। ਤਾਂ ਆਈ ਵਾਜ਼ ਵੈਰੀ ਕਲੋਜ਼, ਮੈਂ ਜਾ ਕੇ ਦੇਖਿਆ ਵੀ ਟ੍ਰਾਂਜ਼ੀਸ਼ਨ ਹੋਮ, ਪਰ ਐਟ ਦੈਟ ਮੂਮੈਂਟ ਮੈਂ ਇੱਕ ਚੀਜ਼ ਡਿਸਾਈਡ ਕਰ ਲਈ, ਈਵਨ ਦੋ ਸਪੋਰਟ ਮੇਰੇ ਕੋਲ ਸੀਗੀ, ਗਵਰਨਮੈਂਟ ਮੈਨੂੰ ਕਾਫੀ ਸਪੋਰਟ ਵੀ ਕਰਨਾ ਸੀ ਉਹਦੇ ਵਿੱਚ, ਬਿਕੋਜ਼ ਇਟ ਦੈਟਸ ਵਨ ਥਿੰਗ ਆਈ ਰੀਅਲੀ ਲਾਈਕ ਅਬਾਊਟ ਆ ਕੈਨੇਡੀਅਨ ਗਵਰਨਮੈਂਟ ਕਿ ਵੀ ਬਹੁਤ ਸਪੋਰਟ ਕਰਦੇ ਜੋ ਇਹੋ ਜਿਹੀ ਸਿਚੁਏਸ਼ਨਸ ਨਿਕਲੋ, ਪਰ ਮੈਨੂੰ ਇੰਨਾ ਪਤਾ ਸੀ ਜੀ ਮੈਂ ਉਹ ਸਪੋਰਟ ਲੈ ਲੈਂਦੀ ਅਤੇ ਮੈਂ ਉਹਨੂੰ ਇੱਕ ਆਪਣਾ ਕੰਫਰਟ ਲੈਵਲ ਬਣਾ ਲੈਂਦੀ, ਔਰ ਕਈ ਵਾਰੀ ਉਸ ਕੰਫਰਟ ਲੈਵਲ 'ਚ ਆਉਣਾ ਬਾਹਰ ਆਉਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਸੋ ਮੈਂ ਜਦੋਂ ਟ੍ਰਾਂਜ਼ੀਸ਼ਨ ਹੋਮ ਵਗੈਰਾ ਦੇਖਿਆ, ਮੈਂ ਘਰੇ ਆਈ ਐਂਡ ਦੈਨ ਆਮ ਇਜ਼ ਲਾਈਕ ਡੂ ਆਈ ਰੀਅਲੀ ਵਾਂਟ ਦੈਟ ਲਾਈਫ ਸਟਾਈਲ, ਐਂਡ ਦੈਟ ਟਾਈਮ ਆਈ ਸਟਾਰਟ ਸੈਲੀਬ੍ਰੇਟਿੰਗ। ਮੈਂ ਉਸ ਵੇਲੇ 200-300 ਸਕੁਆਇਰ ਫੁੱਟ ਦੀ ਸਟੂਡੀਓ 'ਚ ਰਹਿੰਦੀ ਸੀਗੀ, ਜਿਹ 'ਚ ਬਾਥਰੂਮ, ਕਿਚਨ ਵਗੈਰਾ ਸਭ ਇੱਕੋ ਹੀ ਕਮਰੇ ਸੀਗਾ, ਕਿ ਇੰਨਾ ਵੀ ਰੂਮ ਨਹੀਂ ਸੀਗਾ ਕਿ ਆਪਣਾ ਬੈੱਡ ਵੀ ਵਿੱਚ ਲਗਾ ਸਕਾਂ, ਹੈਡ ਟੂ ਪੁੱਟ ਜਸਟ ਦ ਮੈਟਰਸ ਐਂਡ। ਬਟ ਆਈ ਸੈਲੀਬ੍ਰੇਟ ਜਦੋਂ ਕੋਈ ਮੁਸ਼ਕਿਲ ਆਉਂਦੀ ਹੈ, ਬਿਕੋਜ਼ ਆਈ ਫੀਲ ਜਿੱਦਾਂ ਆਪਾਂ ਗਾਰਡਨਿੰਗ ਕਰਦੇ ਹਾਂ ਨਾ, ਅਤੇ ਕੋਈ ਸੀਡ ਪਲਾਂਟ ਕਰੀ ਦੀ ਹੈ, ਤਾਂ ਜਦੋਂ ਸੀਡ ਪਲਾਂਟ ਕਰੀ, ਜੇ ਲੈਟਸ ਏ ਐਪਲ ਦਾ ਟ੍ਰੀ ਲਗਾਇਆ ਤਾਂ ਉਹਨੇ ਐਪਲ ਨਹੀਂ ਨਿਕਲਣਾ, ਪਰ ਉਹ ਸੀਡ ਤਾਂ ਲਾਉਣਾ ਪੈਣਾ ਹੈ। ਸੋ ਆਈ ਜਸਟ ਟ੍ਰਾਈ ਟੂ ਬਿਲੀਵ ਕਿ ਆਪਣੀ ਥੋਟਸ ਨੂੰ ਆਪਾਂ ਜੋ ਪਾ ਰਹੇ ਹਾਂ ਉਹ ਥੋਟਸ ਗਰੋ ਕਰਦੀਆਂ। ਹੁਣ ਕਿੱਥੇ ਗਰੋ ਕਰਨੀ ਉਹ ਸਾਡੀ ਮਰਜ਼ੀ, ਜੇ ਆਪਾਂ ਮੁਸ਼ਕਿਲ ਵੱਲ ਗਰੋ ਕਰਾਂਗੇ ਤਾਂ ਇੱਕ ਤੋਂ ਬਾਅਦ ਆਈ ਐਮ ਸ਼ੋਰ ਮੇਰੇ ਲਿਸਨਰਸ ਇਸ ਗੱਲ ਨੂੰ ਰਿਲੇਟ ਕਰਨਗੇ। ਕਦੀ ਇੱਦਾਂ ਹੋਇਆ ਕਿ ਤੁਹਾਡੀ ਕੋਈ ਟ੍ਰਬਲ 'ਚ ਜਾ ਰਹੇ ਹੋ, ਤੁਸੀਂ ਉਸ ਟ੍ਰਬਲ ਨੂੰ ਇੰਨਾ ਫੋਕਸ ਦਿੰਦੇ ਹੋ, ਫਿਰ ਤੁਸੀਂ ਦੇਖਦੇ ਹੋ ਇੱਕ ਹੋਰ ਟ੍ਰਬਲ ਆ ਗਈ, ਫਿਰ ਇੱਕ ਹੋਰ ਟ੍ਰਬਲ ਆ ਗਈ, ਫਿਰ ਅੰਦਰ ਵੀ ਵੰਡਰ ਕਿ ਮੇਰਾ ਤਾਂ ਦਿਨ ਹੀ ਨਹੀਂ ਚੰਗਾ ਜਾ ਰਿਹਾ, ਮੇਰੀ ਲਾਈਫ ਨਹੀਂ ਚੰਗੀ ਜਾ ਰਹੀ, ਐਂਡ ਦੈਟਸ ਬਿਕੋਜ਼ ਉਹੀ ਚੀਜ਼ਾਂ ਆ ਰਹੀਆਂ ਬਾਹਰ ਜਿਹੜੀਆਂ ਆਪਾਂ ਬੋਈਆਂ। ਸੋ ਜਸਟ ਕੀਪ ਡਿਗਿੰਗ ਅਗੇਨ, ਦੁਬਾਰਾ ਡਿਗ ਕਰਕੇ ਉਹ ਚੀਜ਼ਾਂ ਨੂੰ ਬਾਹਰ ਕੱਢ ਕੇ ਲੈਟਸ ਡਿਗ ਸਮਥਿੰਗ ਨਾਈਸ ਨਾਓ। ਐਬਸੋਲੂਟਲੀ। ਖਾਸ ਤੌਰ 'ਤੇ ਇੱਕ ਪੰਜਾਬੀ ਯੂ ਨੋ ਲੇਡੀ ਹੁੰਦੇ ਹੋਏ ਤੁਸੀਂ, ਕਿਉਂਕਿ ਬਹੁਤ ਸਾਰੇ ਅਸੀਂ ਜਿਹੜੇ ਸਟੈਟਿਸਟਿਕਸ ਜਦੋਂ ਦੇਖਦੇ ਹਾਂ ਬੜੇ ਮੰਦਭਾਗੇ ਨੇ, ਕਿ ਡਿਪਰੈਸ਼ਨ ਦੀ ਗੱਲ ਕਰੀਏ, ਟੈਨਸ਼ਨ ਦੀ ਗੱਲ ਕਰੀਏ, ਤਾਂ ਸਾਡੇ ਲੇਡੀਜ਼ ਦੇ ਵਿੱਚ ਜ਼ਿਆਦਾ ਨੇ ਐਜ਼ ਕੰਪੇਅਰ ਟੂ ਮੈਨ। ਕੋਪ ਅਪ ਨਹੀਂ ਕਰ ਸਕ ਰਹੇ, ਸਮਝ ਨਹੀਂ ਆ ਰਿਹਾ ਕਿ ਕੀ ਕੀਤਾ ਜਾਵੇ, ਘਰ ਦੇ ਵੀ ਪਰੇਸ਼ਾਨੀਆਂ, ਉੱਤੋਂ ਸਮਾਜ ਦੀਆਂ ਪਰੇਸ਼ਾਨੀਆਂ, ਅਤੇ ਖਾਸ ਤੌਰ 'ਤੇ ਆਮ ਤੌਰ 'ਤੇ ਜਿਹੜੀ ਸਾਡੀ ਇੱਕ ਸੋਚ ਜਿਹੜੀ ਕਮਿਊਨਿਟੀ ਵਿੱਚ ਚੱਲਦੀ ਹੈ ਕਿ ਜ਼ਿਆਦਾਤਰ ਔਰਤ ਦਾ ਹੀ ਕਸੂਰ ਜਿਹੜਾ ਉਹ ਕੱਢਿਆ ਜਾਂਦਾ ਹੈਗਾ। ਸੋ ਉਸ ਮੁਤਲਕ ਮੈਂ ਚਾਹਾਂਗਾ ਦੋ ਚੀਜ਼ਾਂ ਨੂੰ ਅੱਜ ਫੋਕਸ ਕਰਕੇ ਪਹਿਲਾਂ ਗੱਲਬਾਤ ਕਰਾਂਗੇ ਕਿ ਜਿਹੜੀਆਂ ਲੇਡੀਜ਼ ਇਹਨਾਂ ਸਟਰਗਲਸ 'ਚੋਂ ਲੰਘਦੀਆਂ ਨੇ ਉਹਨਾਂ ਨੂੰ ਤੁਸੀਂ ਕੀ ਕਹਿੰਦੇ ਹੋ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਉਹ ਆਬਸਟਕਲਸ ਨੂੰ ਉਸ
ਮੇਰਾ ਸਭ ਤੋਂ ਵੱਡਾ ਸੁਜੈਸ਼ਨ ਉਹਨਾਂ ਨੂੰ ਇਹ ਹੋਏਗਾ ਕਿ ਡੋਂਟ ਨਾਟ ਡਿਸਕਾਊਂਟ ਸਪੋਰਟ ਗਰੁੱਪਸ। ਠੀਕ ਹੈ, ਮੀਨਿੰਗ ਦੈਟ ਮੇਰੀ ਹੁਣ ਮੇਰੀ ਸਟੋਰੀ ਡਿਫਰੈਂਟ ਸੀ। ਮੇਰੀ ਸਟੋਰੀ ਇਹ ਸੀ ਕਿ ਓਨੈਸਟਲੀ ਮੈਂ ਥੋੜ੍ਹੀ ਜਿਹੀ ਪਹਿਲਾਂ ਮੈਂ ਇੰਡੀਆ ਤੋਂ ਬਾਹਰ ਹੀ, ਫਿਰ ਮੈਂ ਕੈਨੇਡਾ ਤੋਂ ਬਾਹਰ ਹੀ, ਅਤੇ ਮੈਂ ਥੋੜ੍ਹਾ ਆਪਣਾ ਕੰਟੈਕਟ ਲੂਜ਼ ਕਰ ਚੁੱਕੀ ਸੀ। ਪਰ ਮੈਂ ਕੀ ਕੀਤਾ, ਜਦੋਂ ਮੈਂ ਖੁਦ ਟਰਬਲ 'ਚ ਜਾ ਰਹੀ ਸੀ, ਮੈਂ ਇੱਕ ਸਪੋਰਟ ਗਰੁੱਪ ਸਟਾਰਟ ਕੀਤਾ, ਜਦਕਿ ਮੈਂ ਖੁਦ ਟਰਬਲ 'ਚ ਜਾ ਰਹੀ ਸੀਗੀ। ਐਟ ਦੈਟ ਟਾਈਮ ਮੈਨੂੰ ਸਪੋਰਟ ਗਰੁੱਪ ਚਾਹੀਦਾ ਸੀ ਕਿ ਜਿੱਥੇ ਮੈਂ ਜਾ ਕੇ ਆਪਣਾ ਦੁੱਖ ਸਾਂਝਾ ਕਰ ਸਕਾਂ, ਪਰ ਐਟ ਦੈਟ ਟਾਈਮ ਮੈਨੂੰ ਕੋਈ ਮਿਲਿਆ ਨਹੀਂ, ਤਾਂ ਮੈਂ ਇੱਕ ਆਪਣਾ ਹੀ ਸਟਾਰਟ ਕੀਤਾ ਜਿਹਦੇ ਵਿੱਚ ਮੈਨੂੰ ਸੀਗਾ ਮੈਂ ਦੂਜਿਆਂ ਨੂੰ ਇੰਪਾਵਰ ਕਰਨਾ ਹੈ। ਕਿਉਂਕਿ ਉਹਦੇ ਨਾਲ ਹੋਇਆ ਕਿ ਹਰਪ੍ਰੀਤ ਜੀ, ਜਦੋਂ ਆਪਾਂ ਕੁਝ ਕਿਸੇ ਨੂੰ ਐਡਵਾਈਸ ਦਿੰਦੇ ਹਾਂ ਨਾ, ਕਈ ਵਾਰੀ ਐਡਵਾਈਸ ਇੱਦਾਂ ਲੱਗਦੀ ਹੈ ਕਿ ਸ਼ਾਇਦ ਮੈਂ ਸੁਣਨੀ ਮੰਗਦੀ ਸੀ, ਤਾਂ ਹੀ ਕਰਕੇ ਮੇਰੇ ਮੂੰਹ 'ਚੋਂ ਆ ਰਹੀ। ਕਈ ਵਾਰੀ ਅਸੀਂ ਆਪਣੀ ਐਡਵਾਈਸ ਆਪਣੇ ਮੂੰਹ ਸੁਣ ਕੇ ਨਾ ਕਹਿੰਦੇ ਮੈਨੂੰ ਵੀ ਅਮਲ ਕਰਨਾ ਚਾਹੀਦਾ, ਤਾਂ ਮੈਂ ਇੱਕ ਸਪੋਰਟ ਗਰੁੱਪ ਸਟਾਰਟ ਕੀਤਾ। ਤਾਂ ਮੇਰੀ ਐਡਵਾਈਸ ਇਹੀ ਹੋਏਗੀ ਉਹਨਾਂ ਔਰ ਲੇਡੀਜ਼ ਵਗੈਰਾ ਨੂੰ ਜਿਹੜੀਆਂ ਸਟਰਗਲਸ 'ਚ ਜਾ ਰਹੀਆਂ, ਕਿ ਜਦੋਂ ਤੁਸੀਂ ਕਿਸੇ ਨੂੰ ਫੋਨ ਕਰਕੇ ਕੋਈ ਸਪੋਰਟ ਜਾਂ ਹੈਲਪ ਮੰਗਦੇ ਵੀ ਹੈ ਨਾ, ਤਾਂ ਹਮੇਸ਼ਾ ਉਹਨਾਂ ਨੂੰ ਉਹਨਾਂ ਤੋਂ ਵੱਡਾ ਸਮਝੋ, ਉਹਨਾਂ ਨੂੰ ਸਪੋਰਟ ਦਿਓ ਕਿ ਵੀ ਕਿੱਦਾਂ ਉਭਾਰ ਸਕਦੇ ਹਾਂ। ਅੱਜ ਕੱਲ੍ਹ ਅਨਫੋਰਚੁਨੇਟਲੀ ਸਿਚੁਏਸ਼ਨ ਕੀ ਹੁੰਦੀ ਹੈ, ਜਦੋਂ ਆਪਾਂ ਕਿਸੇ ਨਾਲ ਦੁੱਖ ਸਾਂਝਾ ਕਰਦੇ ਨਾ, ਤਾਂ ਦੂਜਾ ਬੰਦਾ ਸਾਡੇ ਨਾਲ ਇੰਪਥੀ ਸਿੰਪਥੀ ਕਰਨ ਲੱਗ ਜਾਂਦਾ ਹੈ, ਮੈਨੂੰ ਪਤਾ ਵਿਚਾਰਾ ਵਿਚੋਰੀ ਕਰਨ ਲੱਗ ਜਾਂਦੀ ਹੈ, ਅਤੇ ਉਹ ਸਾਨੂੰ ਅੱਛਾ ਲੱਗਦਾ ਕਿਉਂਕਿ ਸਾਨੂੰ ਹੁੰਦਾ ਕਿ ਵੀ ਹਾਂ ਮੈਨੂੰ ਕੰਫਰਟ ਜ਼ੋਨ ਮਿਲ ਗਿਆ, ਸਾਨੂੰ ਲੱਗਦਾ ਹੈ ਕਿ ਵੀ ਮੈਨੂੰ ਕਹਿ ਰਹੇ ਕਿ ਪੂਅਰ ਯੂ ਪਿਟੀ ਯੂ, ਅਤੇ ਬੜਾ ਅੱਛਾ ਲੱਗਦਾ ਕਿ ਵੀ ਹਾਂ ਸਮਝ ਰਹੇ ਹੈ। ਬਟ ਬਟ ਵੀ ਡੋਂਟ ਅੰਡਰਸਟੈਂਡ ਕਿ ਵੀ ਆਪਾਂ ਇੱਕ ਦੂਜੇ ਦੀ ਹੈਲਪ ਨਹੀਂ ਕਰ ਪਾ ਰਹੇ, ਬਜਾਏ ਕਹਿੰਦੇ ਕਿ ਅੱਛਾ ਠੀਕ ਹੈ ਇਹ ਤਾਂ ਸਿਚੁਏਸ਼ਨ ਚੇਂਜ ਨਹੀਂ ਹੋ ਸਕਦੀ, ਮੈਨੂੰ ਦੱਸ ਮੈਂ ਤੇਰੀ ਕਿੱਦਾਂ ਹੈਲਪ ਕਰਾਂ ਕਿ ਤੈਨੂੰ ਇਸ ਸਿਚੁਏਸ਼ਨ ਤੋਂ ਬਾਹਰ ਲੈ ਕੇ ਆ ਸਕਾਂ, ਕਿ ਮੈਂ ਕੁਛ ਕਰ ਸਕਦੀ ਹਾਂ। ਐਂਡ ਕਈ ਵਾਰੀ ਸਾਨੂੰ ਸਿਰਫ ਇੱਕ ਲਿਸਨਿੰਗ ਏਅਰ ਚਾਹੀਦਾ ਹੁੰਦਾ। ਸੋ ਆਈ ਵੁੱਡ ਸੁਜੈਸਟ ਕਿ ਤੁਸੀਂ ਸਟਰਗਲਸ 'ਚ ਜਾ ਰਹੇ ਹੋ, ਸੋ ਜੇ ਕੋਈ ਮੇਰੇ ਲਿਸਨਰਸ ਜਾਂ ਫੀਲ ਕਰਦੇ ਕੋਈ ਡਾਇਰੈਕਸ਼ਨ ਨਹੀਂ ਹੈ, ਸਪੋਰਟ ਗਰੁੱਪ ਦੇਖੋ ਕਿੱਥੇ ਸਪੋਰਟ ਗਰੁੱਪਸ, ਦੇ ਮੈਨੀ ਸਪੋਰਟ ਗਰੁੱਪਸ, ਫਾਈਂਡ ਦ ਸਪੋਰਟ ਗਰੁੱਪ, ਫਾਈਂਡ ਮੇ ਬੀ 15 ਜਾਂ ਅੱਧਾ ਘੰਟਾ ਔਰ ਜਾ ਕੇ ਗੱਲ ਕਰੋ, ਸਾਂਝੀ ਕਰੋ। ਕਿਉਂਕਿ ਜਦੋਂ ਆਪਾਂ ਘਰੋਂ ਬਾਹਰ ਨਿਕਲਦੇ ਹਾਂ ਔਰ ਜਦੋਂ ਆਪਾਂ ਇਹ ਮਾਇੰਡ ਸੈਟ ਬਣਾ ਲਈਏ ਨਾ ਕਿ ਮੈਂ ਸਿਚੁਏਸ਼ਨ ਤੋਂ ਬਾਹਰ ਆਉਣਾ ਹੈ, ਐਂਡ ਵੀ ਸਟਾਰਟ ਟੇਕਿੰਗ ਐਕਸ਼ਨ, ਫਿਰ ਤਾਂ ਕਹਿੰਦੇ ਨਾ ਕਿ ਜਦੋਂ ਸਾਡਾ ਮਾਇੰਡ ਬਹੁਤ ਕਲੀਅਰ ਹੁੰਦਾ ਕਿ ਮੈਨੂੰ ਆਹ ਚਾਹੀਦਾ, ਤਾਂ ਫਿਰ ਤਾਂ ਰੱਬ ਵੀ ਪੂਰੇ ਦਰਵਾਜ਼ੇ ਖੋਲ੍ਹਣ ਲੱਗ ਜਾਂਦਾ ਕਿ ਆਹ ਲਓ ਜੀ ਤੁਹਾਡੇ ਲਈ ਆਹ ਲੈ ਕੇ ਆਏ ਹਾਂ ਅਸੀਂ। ਸੋ ਸਪੋਰਟ ਗਰੁੱਪ ਦੀ ਬੜੀ ਇੰਪੋਰਟੈਂਸ ਹੈ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ। ਅੱਛਾ, ਇੱਕ ਖਾਸ ਤੌਰ 'ਤੇ ਬੀਂਗ ਅ ਲੇਡੀ ਜਿਹੜਾ ਹੁੰਦਾ ਕਿ ਆਮ ਤੌਰ 'ਤੇ ਜਦੋਂ ਤੁਸੀਂ ਸ਼ੇਅਰ ਕਰਦੇ ਹੋ, ਐਜ਼ ਆਈ ਸੈਡ ਬਿਫੋਰ ਆਲਸੋ, ਯੂਅਰ ਆਲਵੇਜ਼ ਐਟ ਦ ਰਿਸੀਵਿੰਗ ਐਂਡ। ਹਾਂ, ਐਮਪਥੀ ਪਿਟੀ ਤਾਂ ਇੱਕ ਵੱਖਰੀ ਚੀਜ਼ ਹੈ, ਪਰ ਕਈ ਵਾਰੀ ਯੂਨੋ ਜੋ ਸਾਡੇ ਸਮਾਜ ਵਿੱਚ ਹੈਗਾ ਕਿ ਐਡਵਾਂਟੇਜ ਵੀ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈਗੀ ਹੈ, ਉਹ ਇੱਕ ਬੜਾ ਇੱਕ ਹੋਰ ਵੱਡੀ ਇੱਕ ਸਟਰਗਲ ਜਿਹੜੀ ਇੱਕ ਔਰਤ ਵਾਸਤੇ ਬਣ ਜਾਂਦੀ ਹੈਗੀ ਹੈ। ਬੀਂਗ ਏ ਲੇਡੀ ਸਾਊਥ ਏਸ਼ੀਅਨ ਪੰਜਾਬੀ, ਤੁਸੀਂ ਕੀ ਮਹਿਸੂਸ ਕਰਦੇ ਹੋ? ਕਿਉਂਕਿ ਇਹੋ ਜਿਹੇ ਬਹੁਤ ਸਾਰੇ ਸਾਡੇ ਕੋਲ ਕੇਸਿਸ ਆਉਂਦੇ ਨੇ ਜਦੋਂ ਕਿ ਕਈ ਵਾਰ ਆਫ ਦ ਯੂਨੋ ਏਅਰ ਵੀ ਗੱਲਬਾਤ ਕਰਨਾ ਚਾਹੁੰਦੇ ਨੇ ਲੋਕ, ਔਨ ਏਅਰ ਨਹੀਂ ਆ ਕੇ ਕਹਿੰਦੇ ਨੇ ਕਿ ਅਸੀਂ ਨਹੀਂ ਕਰਨੀ, ਪਰ ਇਹ ਵੀ ਇੱਕ ਹੈਗੀ ਕਿ ਐਡਵਾਂਟੇਜ ਲਿਆ ਜਾਂਦਾ ਹੈਗਾ, ਉਸ ਕਿਵੇਂ ਆਪਣੇ ਆਪ ਨੂੰ ਸਟਰੋਂਗ ਕੀਤਾ ਜਾਏ, ਉਹਦੇ ਮਤਲਬ ਕੀ ਕਹਿਣਾ ਚਾਹੋ? ਐਡਵਾਂਟੇਜ ਲਈ ਤਾਂ ਮੈਂ ਇਹੀ ਕਹੂੰਗੀ ਕਿ ਬੀ ਵੈਰੀ ਕਲੀਅਰ ਕਿ ਸਭ ਤੋਂ ਵੱਡੀ ਵੂਮੈਨ ਦੇ ਵਿੱਚ ਜਿਹੜੀ ਸਭ ਤੋਂ ਵੱਡਾ ਇਸ਼ੂ ਮੈਂ ਦੇਖਦੀ, ਜਿਹੜਾ ਮੇਰੇ ਵਿੱਚ ਵੀ ਸੀਗਾ ਕਿ ਸਾਨੂੰ ਨਾ ਕਹਿਣਾ ਨਹੀਂ ਆਉਂਦਾ। ਆਪਾਂ ਹਰ ਚੀਜ਼ 'ਤੇ ਹਾਮੀ ਭਰਨਾ ਮੰਗਦੇ, ਭਾਵੇਂ ਉਹ ਫੈਮਿਲੀ ਦੇ ਵਿੱਚ ਹੈ ਜਾਂ ਬਾਹਰ ਹੈ ਜਾਂ ਕੁਛ ਹੈ। ਔਰ ਕਈ ਵਾਰੀ ਹੁਣ ਆਈ ਨੋ ਮੇ ਬੀ ਮੈਂ ਆਫ ਦ ਟੋਪਿਕ ਜਾ ਰਹੀ ਹਾਂ, ਪਰ ਕਈ ਲੇਡੀਜ਼ ਮੇਰੇ ਕੋਲ ਆਉਂਦੀਆਂ ਹੈਗੀਆਂ, ਦੇ ਡੋਂਟ ਅੰਡਰਸਟੈਂਡ ਕਿ ਉਹ ਅਚਾਨਕ ਵੇਟ ਕਿਉਂ ਗੇਨ ਕਰ ਰਹੀਆਂ। ਆਲ ਆਫ ਦ ਸਡਨ ਕਹਿਣਗੇ ਸਾਡੀਆਂ ਈਟਿੰਗ ਹੈਬਿਟਸ ਵੀ ਨਹੀਂ ਇੰਨੀਆਂ ਹੈਗੀਆਂ। ਨਾ ਆਈ ਬਿਲੀਵ ਇਨ ਚੱਕਰ ਐਂਡ ਐਵਰੀਥਿੰਗ, ਰਾਈਟ? ਅਤੇ ਹੁੰਦਾ ਕੀ ਹੈ, ਜਿਹੜੀ ਸਾਡੀ ਵੂਮੈਨ ਦੀ ਪਾਵਰ ਹੈ ਸਾਰੀ ਇਟਸ ਰਾਈਟ ਹੇਅਰ। ਜਦੋਂ ਆਪਣੀ ਆਪਣੀ ਸੀ ਪਾਵਰ ਦੇਣੀ ਸ਼ੁਰੂ ਕਰ ਦਿੰਦੇ ਹਾਂ, ਵੀ ਆਟੋਮੈਟਿਕਲੀ ਸਟਾਰਟ ਗੇਨਿੰਗ ਵੇਟ, ਬਿਕੋਜ਼ ਵੀ ਫੀਲ ਕਿ ਵੀ ਸਮਥਿੰਗ ਇਜ਼ ਇਨ ਲਾਈਕ ਗੱਟ ਫੀਲਿੰਗ, ਇੰਟੂਇਸ਼ਨ ਸਾਨੂੰ ਦੱਸਦੀ ਕਿ ਇਹ ਸਹੀ ਨਹੀਂ ਹੈ, ਪਰ ਆਪਾਂ ਕਰਦੇ ਹਾਂ। ਸੋ ਐਜ਼ ਫਾਰ ਐਜ਼ ਦੀ ਟੇਕਿੰਗ ਐਡਵਾਂਟੇਜ ਆਫ, I would suggest is that be clear on ki bhi kehri cheez te tusi hami parni hai, kehri cheez te tusi hami nahi parni hai. Kai vari I am very grateful ki meri kuch ehojiyan friends hegiyan ki kai vari main kahungi ki I hate you, but I know ki they are pushing my buttons to grow me, right? But at the same time I should also learn ki bhi how, when and when, where and when I have to say advantage, because jado aapa kisi advantage chakde hain, don't forget what goes around comes back. Absolutely. It comes back in thousand folds, unfortunately. So always say ki je thousand folds wapas aana hai, so I might as well push something that's more valuable. ਨਹੀਂ, ਇੱਕ ਛੋਟੀ ਜਿਹੀ ਬ੍ਰੇਕ ਜੀ, ਵਾਪਸ ਆ ਕੇ ਹੋਰ ਜਾਣਕਾਰੀ ਲੈਣੀ, ਕਿਉਂਕਿ ਜਿਹੜੀ ਤੁਸੀਂ ਇਹ ਗੱਲ ਕੀ ਕਿ ਅਸੀਂ ਨਾ ਨਹੀਂ ਕਰਨਾ ਜਾਣਦੇ ਖਾਸ ਤੌਰ 'ਤੇ ਆਪਣੀ ਕਮਿਊਨਿਟੀ ਵਿੱਚ, ਪਰ ਦੂਸਰੇ ਪਾਸੇ ਲੋਕ ਕੀ ਕਹਿਣਗੇ, ਇਹ ਵੀ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ। ਐਂਡ ਖਾਸ ਤੌਰ 'ਤੇ ਜੇਕਰ ਕੋਈ ਔਰਤ ਸਟਰਗਲ 'ਚੋਂ ਲੰਘ ਰਹੀ ਹੈਗੀ, ਤਾਂ ਅਸੀਂ ਆਪਣੇ ਚਾਹੁੰਦੇ ਹੋਏ ਵੀ ਕਈ ਚੀਜ਼ਾਂ ਨਹੀਂ ਕਰ ਸਕਦੇ, ਕਿ ਲੋਕ ਜਿਹੜੇ ਨੇ ਉਹ ਉਸ ਦੇ ਉੱਤੇ ਕੀ ਟਿੱਪਣੀ ਕਰਨਗੇ, ਇਸ ਬਾਰੇ ਕੀ ਕਰਨ ਦੀ ਲੋੜ, ਅਤੇ ਕਿਵੇਂ ਆਪਣੇ ਮਾਇੰਡ ਨੂੰ ਸਟਰੋਂਗ ਕੀਤਾ ਜਾਏ, ਗੱਲਬਾਤ ਕਰਦੇ ਹਾਂ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਵੈਨਕੂਵਰ ਵਿੱਚ ਮਰੀਨ ਡਰਾਈਵ 'ਤੇ ਸਥਿਤ ਰੀਅਲ ਕੈਨੇਡੀਅਨ ਸੁਪਰ ਸਟੋਰ ਉਹ ਵਨ ਸਟਾਪ ਖਰੀਦਾਰੀ ਦਾ ਹੱਲ ਹੈ ਜਿੱਥੇ ਤੁਹਾਨੂੰ ਵੈਰਾਇਟੀ, ਵੈਲਿਊ ਅਤੇ ਹਰ ਕਿਸਮ ਦੀਆਂ ਸਾਊਥ ਏਸ਼ੀਅਨ ਸਪੈਸ਼ਲਿਟੀਜ਼ ਵਾਜਿਬ ਕੀਮਤਾਂ 'ਤੇ ਮਿਲਦੀਆਂ ਹਨ। ਸਾਫ਼ ਸੁਥਰੀਆਂ, ਹਾਈ ਕੁਆਲਿਟੀ ਤਾਜ਼ੀ ਸਬਜ਼ੀਆਂ, ਫਲ, ਬੇਕਰੀ, ਡੇਅਰੀ, ਰੈਗੂਲਰ ਅਤੇ ਭਾਰਤੀ ਗਰੋਸਰੀ ਇੱਥੇ ਉਪਲਬਧ ਹੈ। ਆਓ ਅਤੇ ਆ ਕੇ ਇੱਕੋ ਥਾਂ ਤੋਂ ਘਰ ਦੀ ਲੋੜ ਦੀ ਹਰੇਕ ਚੀਜ਼ ਲੈ ਜਾਓ। ਹੋਰ ਜਾਣਕਾਰੀ ਲਈ ਕਾਲ ਕਰੋ 604-322-3727।
Once again, welcome back to the program. Galba chal rahi ji, Mona Arora naal, jehde ki ek inspirational speaker ne, te naal ek author vi ne. Break to pehla jo galba chal rahi si, khaas taur te jadon assi aurtaan di gal karde haan, ta bahut sare struggles ho lagdiyan ne, par jekar bahut vaddi samasya koi peh jaye, us samay kede tuhade andar oh gun hone chahide ne, jehde ki tuhanu tuhade obstacles bajaye ki tuhanu rokan, balki oh ek launching pad tuhade vaste banan, jis vi muqam te tusi pahunchna chahunde ho, oh ki hone chahide ne. ਨਾਲੀ ਬ੍ਰੇਕ ਤੋਂ ਪਹਿਲਾਂ ਮੈਂ ਗੱਲਬਾਤ ਕਰ ਰਿਹਾ ਸੀ ਕਿ ਲੋਕ ਕੀ ਕਹਿਣਗੇ ਇੱਕ ਬਹੁਤ ਵੱਡਾ ਇਸ਼ੂ ਹੈ ਜਿਹੜਾ ਕਿ ਸਾਡੇ ਸਮਾਜ ਵਿੱਚ ਅਤੇ ਖਾਸ ਤੌਰ ਉੱਤੇ ਭਾਰਤੀ ਭਾਈਚਾਰੇ ਵਿੱਚ ਇਸ ਦੀ ਬਹੁਤ ਜ਼ਿਆਦਾ ਅਸੀਂ ਇਸਨੂੰ ਇੰਪੋਰਟੈਂਸ ਦਿੰਦੇ ਹਾਂ ਇਸ ਮੁਤਲਕ ਕਿਵੇਂ ਡੀਲ ਕੀਤਾ ਜਾਏ ਆਓ ਕੁਝ ਜਾਣਕਾਰੀ ਲੈਂਦੇ ਜੀ ਮੋਨਾ ਜੀ ਸੋ ਕੀ ਕੀਤਾ ਜਾਏ ਲੋਕ ਕੀ ਕਹਿਣਗੇ ਵੈਰੀ ਹੈਵੀ ਟੋਪਿਕ ਫੋਰ ਸ਼ੋਰ ਪਰ ਜੇ ਆਪਾਂ ਆਪਣੀ ਹਿਸਟਰੀ 'ਚ ਵੀ ਬੈਕ ਜਾਈਏ ਨਾ ਹਰਪ੍ਰੀਤ ਜੀ ਆਈ ਐਮ ਸ਼ੋਰ ਕਿ ਆਪਾਂ ਕਾਫੀ ਇਹੋ ਜਿਹੇ athletes, kafi policemen, like kafi jidda Mary Kom di gal kiti jaye ji, anna sahib ji, anna ne vi, they also struggle ki loki ki kahenge, but end of the day, you have to stay focused ki tuhadi vision kyun hai, aur tusi kyun kar rahe ho, aur kai wari ki hunda hai, eho ji journey te, I have felt, I did lose some friends, I did make some new, but the fact is ki jate tuhanu apne andar tuhadi intuition keh rahi ki jo main kar rahi hu sahi hai, then it's not about what loki ki kahenge, because then the people, jadon main journey te gayi si, mainu kafi lokan ne discourage vi kita, ki nahi hoega, what do you think, now hun ohi loki mainu wapis aake kehnde, oh my god, ਤੂੰ ਆਪਣੀ ਵਿਜ਼ਨ 'ਚ ਬਿਲੀਵ ਕੀਤਾ ਇਟ ਵਰਕ ਮੈਂ ਹੁਣ ਇਹ ਨਹੀਂ ਕਹਿ ਰਹੀ ਕਿ ਮੇਰੇ ਲਿਸਨਰ ਜਿਹੜੇ ਸਾਰੇ ਜਾ ਕੇ ਆਪਣੀ ਕਿਤਾਬ ਲਿਖਣ ਜਾਂ ਮੋਟੀਵੇਸ਼ਨ ਕਰਨ ਜਾਂ ਦਿਸ ਇਜ਼ ਨਾਟ ਵਾਟ ਆਮ ਸੇਇੰਗ ਕਈ ਵਾਰੀ ਉਹ ਜਿਹੜੀ ਛੋਟੀਆਂ ਛੋਟੀਆਂ ਚੀਜ਼ਾਂ ਹੈ ਆਪਣੇ ਘਰੋਂ ਸਟਾਰਟ ਹੁੰਦੀਆਂ ਇਹ ਸੋਚ ਕੇ ਨਹੀਂ ਕਿ ਲੋਕੀ ਕੀ ਕਹਿਣਗੇ ਇਹ ਸੋਚ ਕੇ ਕਿ ਦਿਸ ਇਜ਼ ਵਾਟ ਆਈ ਵਾਂਟ ਐਂਡ ਆਫ ਦ ਡੇ ਅਸੀਂ ਹਰ ਕੋਈ ਇੱਕ ਆਪਣੀ ਆਪਣੀ ਜਰਨੀ 'ਚ ਆਏ ਹਾਂ ਹਰ ਕਿਸੇ ਨੇ ਆਪਣੀ ਇੱਕ ਜਰਨੀ ਲੈਣੀ ਕਹਿੰਦੇ ਨਾ ਇਕੱਲੇ ਆਏ ਸੀ ਇਕੱਲੇ ਹੀ ਜਾਣਾ ਸੋ ਜੇ ਇਕੱਲੇ ਆਏ ਸੀ ਇਕੱਲੇ ਹੀ ਜਾਣਾ ਗੈਟ ਦ ਹੈਲਪ ਫਰੋਮ ਦ ਪੀਪਲ ਅਰਾਊਂਡ ਯੂ ਬਟ ਯੂ ਗੋਟ ਆਸਕ ਯੋਰਸੈਲਫ ਵਟ ਇਜ਼ ਮਾਈ ਪਰਪਸ ਔਨ ਦਿਸ ਪਲੈਨਟ ਐਂਡ ਇਜ਼ ਇਟ ਅਬਾਊਟ ਵਟ ਪੀਪਲ ਵੁੱਡ ਸੇ ਔਰ ਇਜ਼ ਇਟ ਵਟ ਡੂ ਆਈ ਵਾਂਟ ਆਊਟ ਆਫ ਲਾਈਫ ਐਂਡ ਦੈਨ ਯੂ ਜਸਟ ਗੈਟ ਕਲੀਅਰ ਫਰੋਮ ਦੈਟ ਪਲੇਸ ਔਰਤਾਂ ਕਿਹਾ ਜਾਂਦਾ ਜੀ ਇਮੋਸ਼ਨਲ ਜ਼ਿਆਦਾ ਹੁੰਦੀਆਂ ਨੇ ਠੀਕ ਹੈ ਜੀ ਬਹੁਤ ਸਾਰੇ ਮੈਂ ਹਜੇ ਵੀ ਸੋ ਜਨਰਲੀ ਯੂ ਨੋ ਇਮੋਸ਼ਨਸ ਜ਼ਿਆਦਾ ਰੂਲ ਕਰਦੀਆਂ ਨੇ ਅਤੇ ਇਮੋਸ਼ਨਸ ਕਰਕੇ ਕਈ ਵਾਰੀ ਫਲੋ ਦੇ ਵਿੱਚ ਆ ਕੇ ਕਈ ਕੁਝ ਜਿਹੜਾ ਹੈਗਾ ਉਹ ਜਜ਼ਬਾਤੀ ਹੋ ਕੇ ਕਰ ਲਿਆ ਜਾਂਦਾ ਖਾਸ ਤੌਰ ਉੱਤੇ ਕੀ ਤੁਸੀਂ ਮੈਸੇਜ ਦੇਣਾ ਚਾਹੋਗੇ ਜਾਂ ਤੁਹਾਡਾ ਕੀ ਐਕਸਪੀਰੀਅੰਸ ਹੈ ਉਹਨਾਂ ਲੇਡੀਜ਼ ਨੂੰ ਜਿਹੜੇ ਕਿ ਟਰਬਲ 'ਚੋਂ ਲੰਘ ਰਹੀਆਂ ਨੇ ਅਤੇ ਜਿਹੜੇ ਇਮੋਸ਼ਨਲ ਸਟੋਰਮਸ ਜਿਹੜੇ ਨੇ ਕਿਵੇਂ ਉਹਨਾਂ ਨੂੰ ਹੈਂਡਲ ਕੀਤਾ ਜਾਏ ਇਟਸ ਫਨੀ ਕਿ ਤੁਸੀਂ ਇਮੋਸ਼ਨਲ ਸਟੋਰਮ ਦਾ ਨਾਮ ਦਿੱਤਾ ਬਿਕੋਜ਼ ਦੈਟ ਇਜ਼ ਦੈਟ ਪਾਰਟ ਆਫ ਮਾਈ ਵਨ ਬੁੱਕ ਚੈਪਟਰ ਐਸ ਵੈਲ ਸਟਰਗਲਸ ਆਫ ਦ ਇਮੋਸ਼ਨਲ ਸਟੋਰਮਸ ਆਫ ਅ ਵੂਮਨ ਆਈ ਥਿੰਕ ਐਸ ਫਾਰ ਐਸ ਦੀ ਸਟੋਰਮਸ ਜੋ ਗੱਲ ਕਹੀ ਹੈ ਆਈ ਵਿਲ ਰਿਲੇਟਡ ਬੈਕ ਟੂ ਕਿ ਜੇ ਇੱਕ ਤਾਂ ਤੁਸੀਂ ਕਿਸੇ ਇਸ਼ੂ 'ਚੋਂ ਜਾ ਰਹੇ ਹੋ ਫਸਟ ਆਫ ਆਲ ਅਸੈਪਟਡ ਦੂਜੀ ਗੱਲ ਇਟਸ ਓਕੇ ਟੂ ਕਰਾਏ ਮੇਰਾ ਇਹ ਹਾਲ ਹੋ ਗਿਆ ਸੀ ਹਰਪ੍ਰੀਤ ਜੀ ਜਦੋਂ ਮੈਂ ਆਪਣੀ ਲਾਈਫ ਸਟੋਰੀ ਤੋਂ ਚਾਹੀ ਸੀ ਜਦੋਂ ਮੈਂ ਟ੍ਰਾਂਜੀਸ਼ਨ ਹੋਮਸ ਦੇਖ ਰਹੀ ਸੀਗੀ ਜਦੋਂ ਮੈਨੂੰ ਇੰਨਾ ਸੀ ਆਈ ਲਿਟਰਲੀ ਸਪੈਂਟ 1 month ਮੀ ਐਂਡ ਮਾਈ ਸਨ ਈਟਿੰਗ 99 cents ਨੂਡਲ ਬਿਕੋਜ਼ ਦੈਟਸ ਆਲ ਆਈ ਕੁਡ ਅਫੋਰਡ ਉਸ ਵੇਲੇ ਮੇਰੇ ਬੇਟੇ ਨੂੰ ਪਤਾ ਨਹੀਂ ਸੀ ਕਿਉਂ ਮੰਮਾ ਐਵਰੀਡੇ ਨੂਡਲਸ ਖਵਾ ਰਹੀ ਹੈ ਅਤੇ ਹੁਣ ਜਦੋਂ ਮੈਂ ਸਟੋਰੀ ਸ਼ੇਅਰ ਕਰਦੀ ਹਾਂ ਤਾਂ ਕਹਿੰਦਾ ਤਾਂ ਕਰਕੇ ਮੈਂ ਇੰਨਾ ਨੂਡਲਸ ਹੀ ਖਵਾਉਂਦੇ ਜਾਂਦੇ ਸੀ ਮੈਨੂੰ ਐਂਡ ਹੀ ਸਟਾਰਟ ਲਾਈਕਿੰਗ ਇਟ ਤੋਂ ਬਟ ਜਦੋਂ ਮੈਂ ਉਸ ਸਟੋਰਮਸ 'ਚ ਜਾ ਰਹੀ ਸੀਗੀ ਮੈਂ ਆਲਮੋਸਟ ਇੱਦਾਂ ਮੈਨੂੰ ਲੱਗਾ ਤਾਂ ਮੈਂ ਆਪਣੀ ਆਈ ਸੈਟ ਲੂਜ਼ ਕਰ ਦੂੰਗੀ ਕਿ ਮੈਂ ਰੋਣਾ ਬਹੁਤ ਸ਼ੁਰੂ ਕਰਤਾ ਸੀਗਾ ਲਾਈਕ ਆਈ ਰੀਅਲੀ ਗੋਟ ਕਨੈਕਟਡ ਬਟ ਆਈ ਥਿੰਕ ਦੋਸ ਵਰ ਮਾਈ ਬੈਸਟ ਟਾਈਮਸ ਬਿਕੋਜ਼ ਇਟਸ ਓਕੇ ਟੂ ਫੀਲ ਯੂਅਰ ਇਮੋਸ਼ਨਸ ਇਟਸ ਓਕੇ ਟੂ ਅਸੈਪਟ ਇਟ ਆਈ ਥਿੰਕ ਦ ਬਿਗੈਸਟ ਇਸ਼ੂ ਸਾਡੀ ਵੂਮੈਨਸ ਦੇ ਵਿੱਚ ਆਉਂਦਾ ਹੈ ਜਾਂ ਸਾਡੀ ਆਪਣੀ ਸੋਸਾਇਟੀ 'ਚ ਆਉਂਦਾ ਹੈ ਕਿ ਡੋਂਟ ਫੀਲ ਯੂਅਰ ਇਮੋਸ਼ਨਸ ਔਰ ਮੇਰਾ ਮੰਨਣਾ ਹੈ ਕਿ ਲੈਟਸ ਸੇ ਤੁਸੀਂ ਜੇ ਕਲੀਨਿੰਗ ਕਰਨੀ ਹੈ ਘਰ ਦੀ ਤਾਂ ਤੁਹਾਨੂੰ ਕਾਰਪੇਟ ਹੈਵ ਟੂ ਪਿੱਕ ਕਰਨਾ ਲੈਟਸ ਸੇ ਵੂਮੈਨ ਇਜ਼ ਬੈਸਟ ਐਗਜ਼ਾਮਪਲ ਹੋਏਗਾ ਅਸੀਂ ਭਾਂਡੇ ਧੁੰਦੇ ਹਾਂ ਸਾਨੂੰ ਭਾਂਡੇ ਧੋਣ ਦੀ ਯੂਜਲੀ ਸਾਡੀ ਰਿਸਪੋਂਸਿਬਿਲਟੀ ਹੁੰਦੀ ਹੈ ਜਦੋਂ ਡਿਸ਼ ਨੂੰ ਆਪਾਂ ਧੋਂਦੇ ਹਾਂ ਆਪਾਂ ਡਿਸ਼ ਨੂੰ ਧੋਣ ਤੋਂ ਪਹਿਲਾਂ ਇਹ ਤਾਂ ਨਹੀਂ ਕਿ ਆਪਾਂ ਸਿੰਕ 'ਤੇ ਜਾ ਕੇ ਕਹਿਣਾ ਕਿ ਮੈਨੂੰ ਸਾਫ਼ ਡਿਸ਼ ਦਿੱਖੇ ਸਾਨੂੰ ਪਤਾ ਉੱਥੇ ਡਰਟੀ ਡਿਸ਼ ਹੈ ਸਾਨੂੰ ਉਹ ਡਰਟੀ ਡਿਸ਼ ਦੇਖਣੀ ਵੀ ਪੈਣੀ ਹੈ ਸੋਚਣੀ ਵੀ ਪੈਣੀ ਹੈ ਸਮਝ ਵੀ ਪੈਣੀ ਹੈ ਹੱਥ ਵੀ ਲਗਾਉਣੀ ਪੈਣੀ ਕਲੀਨ ਵੀ ਕਰਨੀ ਪੈਣੀ ਹੈ ਜਦੋਂ ਸਾਰਾ ਕੁਝ ਕਲੀਨ ਹੋ ਜਾਂਦਾ ਫਿਰ ਉਹ ਵਾਸ਼ ਹੁੰਦੀ ਹੈ ਬਟ ਵੀ ਹੈਵ ਟੂ ਸੀ ਇਟ ਆਲ ਸੇਮ ਥਿੰਗ ਵੀ ਹੈਵ ਟੂ ਡੂ ਵਿਦ ਆਰ ਟੂ ਇਸ ਮੈਡੀਟੇਸ਼ਨ ਹੈਲਪਸ ਅ ਲੋਟ ਵਿਦ ਦੈਟ ਇਸ ਕਿ ਪਹਿਲਾਂ ਆਪਣੇ ਆਪ ਨੂੰ ਅਸੈਪਟ ਕਰੋ ਯੈਸ ਦੇਰ ਇਜ਼ ਅ ਪ੍ਰੋਬਲਮ ਅਸੀਂ ਅਸੈਪਟ ਵੀ ਨਹੀਂ ਕਰਨਾ ਮੰਗਦੇ ਕਿਉਂਕਿ ਸਾਨੂੰ ਹੁੰਦਾ ਜਦੋਂ ਆਪਾਂ ਅਸੈਪਟ ਕਰ ਲਿਆ ਦੈਟਸ ਅ ਸਾਈਨ ਆਫ ਵੀਕਨੈਸ ਆਲਦੋ ਦੈਟਸ ਅ ਫਾਈਨ ਸਾਈਨ ਆਫ ਅ ਸਟਰੈਂਥ ਐਕਚੁਅਲੀ ਐਂਡ ਅ ਕਰੇਜ ਸੋ ਅਸੈਪਟ ਇਟ ਔਰ ਜਦੋਂ ਇੱਕ ਵਾਰੀ ਅਸੈਪਟ ਕਰ ਲਿਆ ਦੈਨ ਮੇਕ ਅਪ ਅ ਮਾਈਂਡ ਆਈ ਚੂਜ਼ ਨੋਟ ਟੂ ਸਟੇ ਹੇਅਰ ਐਂਡ ਆਈ ਥਿੰਕ ਦੈਟ ਇਜ਼ ਵਨ ਥਿੰਗ ਜਿਹੜੀ ਮੈਨੂੰ ਬਹੁਤ ਹੈਲਪ ਕੀਤੀ ਹੈ ਕਿ ਮੇਰੀ ਕੋਈ ਵੀ ਇਹੋ ਜਿਹੀ ਸਿਚੁਏਸ਼ਨ ਆਈ ਹੈ ਨਾ ਆਈ ਮੇਡ ਜਿੱਦਾਂ ਕਿਸੇ ਨਾਲ ਕੰਟਰੈਕਟ ਨਹੀਂ ਕਰੀਦਾ ਮੈਂ ਰੱਬ ਨਾਲ ਕੰਟਰੈਕਟ ਕਰਦੀ ਹੁੰਦੀ ਸੀ ਮੈਂ ਲਿਟਰਲੀ ਜਦੋਂ ਮੈਂ ਮੈਰਿਜ 'ਚ ਪਹਿਣਾ ਨਾ ਮੈਂ ਰੱਬ ਨਾਲ ਕਹਿੰਦਾ ਅੱਛਾ ਮੈਂ ਕੰਟਰੈਕਟ ਹੈ ਕਿ ਮੈਂ ਇੱਥੇ ਨਹੀਂ ਰਹਿਣਾ ਲਾਈਕ ਇਹ ਸਿਚੁਏਸ਼ਨ 'ਚ ਨਹੀਂ ਰਹਿਣਾ ਹੁਣ ਤੁਸੀਂ ਮੈਨੂੰ ਆਨਸਰ ਭੇਜੋ ਆਈ ਵੁੱਡ ਹਾਈਲੀ ਰਿਕਮੈਂਡ ਕਿ ਮੈਨੂੰ ਇਸ ਚੀਜ਼ ਤੋਂ ਇਸ ਕਨੈਕਸ਼ਨ ਤੋਂ ਆਈ ਥਿੰਕ ਮੇਰੀ ਬੁੱਕ ਵੀ ਇਸ ਕਨੈਕਸ਼ਨ ਤੋਂ ਆਈ ਹੈ ਜਿੱਦਾਂ ਮੰਮਾ ਨੇ ਮੇਰੀ ਮੰਮ ਦੀ ਡੈਥ ਹੋ ਗਈ ਕਾਫੀ ਸਾਲ ਪਹਿਲੇ ਮੇਰੀ ਬੁੱਕ ਵੀ ਆਰਥਰਾਈਟਿਸ ਪੇਸ਼ੈਂਟਸ ਨੇ ਡੈਡੀਕੇਟਿਡ ਹੈ ਬਟ ਆਈ ਥਿੰਕ
ਆਈ ਗੋਟ ਸੋ ਮੱਚ ਕਲੀਅਰ ਫੋਰ ਦੈਟ ਕਿ ਮੇਰੀਆਂ ਚੀਜ਼ਾਂ ਆਪਣੇ ਆਪ ਦੀਆਂ ਲਾਈਫ 'ਚ ਆਉਣ ਲੱਗ ਗਈਆਂ, ਕਿਉਂਕਿ ਜਦੋਂ ਤੁਸੀਂ ਕੁਛ ਮੰਗਣ ਜਾਂਦੇ ਹਾਂ ਨਾ ਕਿ ਵੀ ਮੈਨੂੰ ਆਹ ਦੇ ਦਿਉ, ਯੂ ਆਟੋਮੈਟਿਕ ਯੂ ਹੈਵ ਟੂ ਆਸਕ, ਜੇ ਆਪਾਂ ਮੰਗਦੇ ਵੀ ਨਹੀਂ ਹਾਂ ਵੀ ਵੋਂਟ ਗੈਟ ਇਟ. ਸੋ ਆਈ ਡੈਫੀਨੇਟਲੀ ਆਸਕ ਦਿਸ ਵੂਮਨ ਜਿਹੜੀ ਇਮੋਸ਼ਨਲ ਸਟ੍ਰੋਮਸ 'ਚ ਜਾ ਰਹੀਆਂ, ਫਸਟ ਅਸੈਪਟਡ, ਦੈਨ ਮੇਕ ਅ ਡਿਸੀਜਨ ਦੈਟ ਆਈ ਡੋਂਟ ਵਾਂਟ ਟੂ ਸਟੇ ਹੇਅਰ ਐਂਡ ਦੈਨ ਵਾਚ ਦਾ ਵੰਡਰਸ ਹੈਪਨ. ਖਾਸ ਤੌਰ 'ਤੇ ਸਿੰਗਲ ਪੇਰੈਂਟ ਜਦੋਂ ਹੁੰਦੇ ਨੇ ਅਤੇ ਲੇਡੀਜ਼ ਨੂੰ ਬਹੁਤ ਸਾਰੇ ਇਸ਼ੂਜ਼ ਜਿਹੜੇ ਨੇ ਚੈਲੇਂਜਸ ਆਉਂਦੇ ਨੇ, ਪਰ ਉਸ ਸਮੇਂ ਬੜਾ ਵੱਡਾ ਸਹਾਰਾ ਆਉਂਦਾ ਬੱਚਿਆਂ ਦਾ. ਉਸ ਕਨੈਕਸ਼ਨ ਨੂੰ ਸਟਰੋਂਗ ਬਣਾਉਣ ਵਾਸਤੇ ਉਹਦੇ ਮਤਲਬ ਤੁਸੀਂ ਕੀ ਕਹਿਣਾ ਚਾਹੋਗੇ, ਕਿਉਂਕਿ ਇੱਕ ਪਾਸੇ ਤਾਂ ਦੂਸਰਾ ਸਟਰਗਲ ਚੱਲ ਰਿਹਾ ਜਿਹੜਾ ਕਿ, ਲੇਕਿਨ ਬੱਚੇ ਵੀ ਜਿਹੜੇ ਹੈਗੇ ਨੇ ਉਹਨਾਂ ਨੂੰ ਤੁਸੀਂ ਰੇਜ਼ ਕਰਨਾ, ਉਹਨਾਂ ਦਾ ਆਪਸੀ ਜਿਹੜਾ ਤੁਹਾਡਾ ਰਿਲੇਸ਼ਨ ਹੈਗਾ ਉਹਨੂੰ ਕਿਵੇਂ ਹੋਰ ਸਟਰੋਂਗ ਬਣਾ ਕੇ ਉੱਤੋਂ ਵੀ ਤੁਸੀਂ ਇੰਸਪੀਰੇਸ਼ਨ ਲੈ ਸਕਦੇ ਹੋ? ਬੱਚਿਆਂ ਤੋਂ ਕੁਛ ਛੁਪਾਓ ਨਾ. ਵਨ ਥਿੰਗ ਇਫ ਆਈ ਡਿਡ, ਜਦੋਂ ਮੈਂ ਆਪਣੀ ਸਟਰਗਲ 'ਚ ਜਾ ਰਹੀ ਸੀ, ਜਿਵੇਂ ਤੁਹਾਨੂੰ ਕਿਹਾ ਕਿ ਮੈਂ 200-300 ਸਕੁਏਅਰ ਫੁੱਟ ਦੀ ਏਰੀਆ 'ਚ ਰਹਿ ਰਹੀ ਸੀਗੀ, ਇੱਕ ਦਿਨ ਮੈਂ ਘਰੇ ਲਿਟਰਲੀ ਆ ਕੇ ਰੋ ਪਈ, ਔਰ ਮੇਰਾ ਬੇਟਾ ਅਸਲੇ ਸਿਰਫ 9 ਸਾਲ ਦਾ ਸੀ, ਐਂਡ ਹੀ ਨਿਊ ਕਿ ਆਪਾਂ ਕਿਹੜੀ ਸਿਚੁਏਸ਼ਨ 'ਚ ਜਾ ਰਹੇ, ਪਰ ਮੈਂ ਤਾਂ ਕੁਛ ਛੁਪਾਇਆ ਨਹੀਂ. ਇਟਸ ਓਕੇ, ਆਪਾਂ ਨੂੰ ਲੱਗਦਾ ਜੇ ਆਪਾਂ ਬੱਚਿਆਂ ਦੇ ਸਾਹਮਣੇ ਰੋਵਾਂਗੇ ਜਾਂ ਬੱਚਿਆਂ ਨੂੰ, ਆਪਾਂ ਉਹਨਾਂ ਨੂੰ ਲੱਗੇਗਾ ਕਿ ਆਪਾਂ ਵੀਕ ਹੈ, ਆਪਾਂ ਕੀ ਮੈਸੇਜ ਪਾਸ ਕਰ ਰਹੇ ਹਾਂ. ਬੱਚਿਆਂ ਨੂੰ ਆਪਣੀ ਪਾਰਟ ਆਫ ਦਾ ਵਿਜ਼ਨ ਬਣਾਓ. ਜੇ ਉਹ ਦੇਖਣਗੇ ਨਾ ਕਿ ਤੁਸੀਂ ਸਟਰਗਲਸ 'ਚ ਜਾ ਰਹੇ ਹੋ, ਦੇ ਵਿਲ ਬੀ ਈਵਨ ਮੋਰ ਸਟਰੋਂਗਰ, ਔਰ ਉਹਨਾਂ ਨੂੰ ਪਤਾ ਹੋਏਗਾ ਕਿੱਥੇ ਲਾਈਨ ਡਰਾ ਕਰਨੀ, ਕਿੱਥੇ ਸਟਰੈਂਥ ਦੇਣੀ. ਇਟਸ ਫਨੀ ਕਿ ਜਦੋਂ ਮੈਂ ਰੋ ਰਹੀ ਸੀਗੀ ਤਾਂ ਮੇਰੇ ਬੇਟੇ ਨੇ ਮੇਰਾ ਹੱਥ ਫੜ ਕੇ ਕਿਹਾ, ਕਹਿੰਦਾ ਮੰਮਾ ਇਫ ਯੂ ਕੈਨ ਡੂ ਇਟ ਵਾਂਸ ਯੂ ਨੋ ਯੂ ਕੈਨ ਡੂ ਇਟ ਅਗੇਨ. ਔਰ ਇੱਕ ਦਿਨ ਮੈਨੂੰ ਹਜੇ ਵੀ ਯਾਦ, ਮੈਂ ਮੈਡੀਟੇਸ਼ਨ ਕਰ ਰਹੀ ਸੀ ਅਤੇ ਮੇਰੇ ਘਰ ਦੇ ਕਿਰਾਏ ਦੀ ਥੋੜ੍ਹੀ ਇਸ਼ੂ ਚੱਲ ਰਹੀ ਸੀ, ਮੇਰੇ ਕੋਲ ਕਿਰਾਇਆ ਨਹੀਂ ਸੀਗਾ, ਅਤੇ ਮੈਂ ਰਾਤੀ ਨਾ ਮੈਡੀਟੇਸ਼ਨ ਕਰ ਰਹੀ ਤਾਂ ਮੈਂ ਰੱਬ ਨੂੰ ਕਹਿ ਰਹੀ ਹਾਂ ਕਿ ਵੀ ਮੈਨੂੰ ਨਾ ਕਰੇਜ ਦਿਓ ਕਿ ਮੈਨੂੰ ਕਿਰਾਇਆ ਮਿਲ ਜਾਵੇ, ਮੈਨੂੰ ਕਰੇਜ ਦਿਓ, ਕਰੇਜ ਦਿਓ, ਕਰੇਜ ਦਿਓ, ਰਾਈਟ. ਅਗਲੇ ਦਿਨ ਮੈਂ ਸਵੇਰ ਉੱਠ ਕੇ ਬ੍ਰੇਕਫਾਸਟ ਬਣਾਈ ਤਾਂ ਮੇਰਾ ਬੇਟਾ ਆਇਆ, ਕਹਿੰਦਾ ਮਾਮ, ਹਜੇ ਕਿ ਉਹਨੂੰ ਪਤਾ ਨਹੀਂ ਕਿ ਮੈਂ ਰਾਤੀ ਕੀ ਕਰੀ, ਉਹ ਸੁੱਤਾ ਹੋਇਆ, ਨਾ ਕੇ ਬਾਹਰ ਆਇਆ ਤਾਂ ਮੈਂ ਬ੍ਰੇਕਫਾਸਟ ਬਣਾਈ ਤਾਂ ਕਹਿੰਦਾ ਮਾਮ ਯੂ ਨੋ ਹਾਓ ਸਮ ਪੀਪਲ ਰੱਬ ਤੋਂ ਕਰੇਜ ਮੰਗਦੇ ਆ, ਤਾਂ ਮੈਂ ਕਿਹਾ ਇਹਨੂੰ ਕਿੱਦਾਂ ਪਤਾ ਰਾਤੀ ਮੈਂ ਮੰਗਦੀ ਪਈ ਸੀ, ਅਤੇ ਮੈਂ ਕਿਹਾ ਹਾਂ ਦੈਨ ਆਈ ਸਟਾਰਟ ਲਿਸਨਿੰਗ, ਹੈ ਨਾ. ਅਤੇ ਕਹਿੰਦਾ ਯੂ ਨੋ ਹਾਓ ਸਮ ਪੀਪਲ ਆਸਕ ਫੋਰ ਕਰੇਜ ਫਰੋਮ ਗੋਡ, ਮੈਂ ਕਿਹਾ ਹਾਂ. ਕਹਿੰਦਾ ਡੂ ਯੂ ਨੋ ਦੈਟ ਗੋਡ ਡਜ਼ਨਟ ਗਿਵ ਯੂ ਕਰੇਜ, ਮੈਂ ਕਿਹਾ ਓ ਰੀਅਲੀ ਵਟ ਡੂ ਯੂ ਮੀਨ? ਕਹਿੰਦਾ ਡੋ ਗੋਡ ਡਜ਼ ਨਾਟ ਗਿਵ ਯੂ ਕਰੇਜ, ਗੋਡ ਗਿਵ ਯੂ ਸਰਕਮਸਟਾਂਸਿਸ ਐਂਡ ਸਿਚੁਏਸ਼ਨਸ ਸੋ ਯੂ ਕੈਨ ਬੀ ਕਰੇਜੀਅਸ. Honestly, Harpreet ji, that yeah. thing changed my life within a second, and right. believe it or not, same day I attracted the rent for my house because I was like, "Acha, Rab ne mainu situation ditti hai ki theek hai, you want courage? Here's the difficult. Now be courageous." So accept ਤੁਹਾਡਾ ਕਹਿਣਾ ਕਿ ਜਿਹੜਾ ਵੀ ਸਰਕਮਸਟੈਂਸ ਨੂੰ ਅਕਸੈਪਟ ਕਰੋ, ਬੱਚਿਆਂ ਨਾਲ ਬਿਹਤਰ ਤਾਲਮੇਲ ਹੋਏ, ਓਪਨਨੈਸ ਹੋਵੇ, ਤੇ ਉਸ ਦੇ ਨਾਲ ਤੁਹਾਡੀ ਸਟਰੈਂਥ ਜਿਹੜੀ ਹੋਰ ਵਧੇਗੀ. ਬਹੁਤ ਜ਼ਰੂਰੀ ਹੈ, ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਦੇ ਆ ਪਾਰਟ ਆਫ ਯੋਰ ਵਿਜ਼ਨ, ਸੋ ਦੇ ਅੰਡਰਸਟੈਂਡ ਵੇਅਰ ਯੂ ਕਮਿੰਗ ਫਰੋਮ. ਮੋਹਨ ਜੀ, ਸ਼ੁਕਰੀਆ. ਇਹ ਬੜਾ ਹੀ ਇੰਟਰਸਟਿੰਗ ਅਤੇ ਇਹ ਟੋਪਿਕ ਜਿੱਥੇ 'ਤੇ ਅਸੀਂ ਗੱਲਬਾਤ ਕੀਤੀ ਹੈਗੀ, ਕਿਉਂਕਿ ਅੱਜ ਸਾਡੇ ਕਮਿਊਨਿਟੀਜ਼ ਵਿੱਚ ਹੀ ਇਹੋ ਜਿਹੇ ਇਸ਼ੂਜ਼ ਜਿਹੜੇ ਨੇ ਬਹੁਤ ਵੱਧਦੇ ਜਾ ਰਹੇ ਨੇ, ਅਤੇ ਸਟਰੈਂਥ ਜਿਹੜੀ ਹੈਗੀ ਹੈ ਜਦੋਂ ਬੰਦੇ 'ਚ ਆ ਜਾਏ, ਮਾਨਸਿਕ ਤੌਰ 'ਤੇ ਉਹ ਸਟਰੈਂਥ ਹੋ ਜਾਏ, ਤਾਂ ਫਿਰ ਕੋਈ ਵੀ ਚੀਜ਼ ਉਸਨੂੰ ਰੋਕ ਨਹੀਂ ਸਕਦੀ. ਜਿਸ ਵੀ ਮੁਕਾਮ 'ਤੇ ਉਹ ਪਹੁੰਚਣਾ ਚਾਹੁੰਦਾ ਪਹੁੰਚ ਸਕਦਾ. ਤੁਹਾਡਾ ਧੰਨਵਾਦ. ਥੈਂਕ ਯੂ. ਥੈਂਕ ਯੂ ਸੋ ਮਚ.